ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਯਾਤਰਾ ਚੱਲ ਰਹੀ ਆ, ਛੇਵੇਂ ਪਾਤਸ਼ਾਹ ਸ਼੍ਰੀਨਗਰ ਆਏ ਆ। ਉੱਥੋਂ ਜਦੋਂ ਵਾਪਸ ਆਉਂਦੇ ਆ, ਤਕਰੀਬਨ 55 ਕੁ ਕਿਲੋਮੀਟਰ ਹੈ ਬਾਰਾਮੂਲਾ ਸ਼ਹਿਰ। ਬਾਰਾਮੂਲਾ ਸ਼ਹਿਰ ਦੇ ਬਾਹਰ ਇਹ ਸਥਾਨ ਬਣਿਆ ਹੋਇਆ ਜੀ। ਇਹ ਵੀ ਇਸ ਦਾ ਨਾਮ ਹੀ ਗੁਰਦੁਆਰਾ ਛੇਵੀਂ ਪਾਤਸ਼ਾਹ ਹੀ ਹੈ। ਛੇਵੇਂ ਪਾਤਸ਼ਾਹ ਆ ਨਾਲ ਪਿੱਛੇ ਜੇਹਲਮ ਨਦੀ ਆ। ਉਸ ਵੇਲੇ ਜਿਹੜਾ ਆਮ ਤੌਰ 'ਤੇ ਸਫ਼ਰ ਕੀਤਾ ਜਾਂਦਾ ਸੀ, ਕਿਉਂਕਿ ਪਹਾੜਾਂ ਦੇ ਵਿੱਚ ਪੱਧਰਾ ਥਾਂ ਜਿਹੜਾ ਨਦੀਆਂ ਦੇ ਨਾਲ ਨਾਲ ਹੀ ਹੁੰਦਾ ਸੀ। ਅੱਜ ਵੀ ਜਦੋਂ ਅਸੀਂ ਪਹਾੜਾਂ 'ਚ ਸਫ਼ਰ ਕਰਦੇ ਹਾਂ, ਤਕਰੀਬਨ ਰਸਤੇ ਜਿਹੜੇ ਉਹ ਪਹਾੜ ਦੇ ਨਾਲ ਨਾਲ ਨਦੀ ਦੇ ਨਾਲ ਨਾਲ ਹੁੰਦਾ, ਕਿਉਂਕਿ ਉੱਥੇ ਰਸਤਾ ਜਿਹੜਾ ਥੋੜ੍ਹਾ ਪੱਧਰਾ ਥਾਂ ਮਿਲ ਜਾਂਦਾ ਵਾ ਅਤੇ ਸੌਖਾ ਬਣਾਉਣਾ। ਇੱਕ ਪਾਣੀ ਦੀ ਲੋੜ ਜਿਹੜੀ ਸਭ ਤੋਂ ਇੰਪੋਰਟੈਂਟ ਹੁੰਦੀ ਆ, ਸਵਾਸਾਂ ਤੋਂ ਬਾਅਦ 'ਚ ਪਾਣੀ ਦੀ ਲੋੜ ਹੁੰਦੀ ਬੰਦੇ ਨੂੰ। ਗੁਰੂ ਸਾਹਿਬ ਦੇ ਨਾਲ ਜਹਾਂਗੀਰ ਹੈ, ਇਹ ਸ਼੍ਰੀਨਗਰ ਤੋਂ ਇੱਥੇ ਆਉਂਦੇ ਆ, ਇੱਥੋਂ ਅੱਗੇ ਉੜੀ ਵੱਲ ਨੂੰ ਚੱਲਦੇ ਆ। ਇਸ ਸਥਾਨ 'ਤੇ ਜਹਾਂਗੀਰ ਆਇਆ ਵਾ, ਗੁਰੂ ਸਾਹਿਬ ਆਏ ਆ। ਜੋ ਇੱਥੋਂ ਦੀ ਮੁਸਲਮਾਨ ਵਸੋਂ ਸੀਗੀ, ਉਹਨੇ ਉਹਨਾਂ ਨੇ ਜਹਾਂਗੀਰ ਨੂੰ ਇੱਥੇ ਇੱਕ ਆਪਣਾ ਪੱਥਰ, ਕਿਉਂਕਿ ਇੱਥੇ ਪਿੱਛੇ ਪਹਾੜ ਜਿਹੜੇ ਆ ਨਾ ਸਾਰੇ ਪੱਥਰ ਦੇ ਆ, ਅਤੇ ਇੱਥੇ ਦੱਸਿਆ ਗਿਆ ਕਿ ਘਰਾਂ ਦੀਆਂ ਨੀਹਾਂ ਵੀ ਜਿਹੜੀਆਂ ਪੱਥਰ ਨਾਲ ਭਰੀਆਂ ਜਾਂਦੀਆਂ, ਅਤੇ ਉਹ ਇੱਕ ਖਾਸ ਤਰ੍ਹਾਂ ਦਾ ਪੱਥਰ ਦਾ ਬਣਿਆ ਹੋਇਆ ਉਹਨਾਂ ਨੇ ਤਖ਼ਤ ਬਖਸ਼ਿਆ, ਭੇਟ ਕੀਤਾ ਜਹਾਂਗੀਰ ਨੂੰ। ਪਰ ਜਹਾਂਗੀਰ ਨੇ ਕਿਹਾ, ਨਹੀਂ, ਮੇਰੇ ਤੋਂ ਵੀ ਵੱਡੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹਨ, ਇਸ ਤਖ਼ਤ 'ਤੇ ਉਹੀ ਬੈਠਣਗੇ। ਨਾਲ ਜਿਹੜੇ ਉਹਨੂੰ ਹੋਰ ਮਿਲਣ ਆਏ ਸੀ, ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੀ ਆ ਨਾ ਜਿਹੜੀ ਸਾਰੀ ਆ ਗੁਰੂ ਸਾਹਿਬ ਕੋਲੋਂ ਆਪਣੀਆਂ ਆਪਣਾ ਬਲੈਸਿੰਗਸ ਗੁਰੂ ਸਾਹਿਬ ਦੀਆਂ ਲਓ, ਗੁਰੂ ਸਾਹਿਬ ਦੇ ਆਸ਼ੀਰਵਾਦ ਲਓ। ਸੋ ਜਿੰਨੀ ਦੁਨੀਆ ਉਹਨੂੰ ਮਿਲਣ ਆਈ ਆ, ਉਹ ਜਹਾਂਗੀਰ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਨਾਂ ਨੂੰ ਨਮਸਕਾਰ ਕਰਨ ਕਿਹਾ, ਅਤੇ ਇਹ ਕਿਹਾ ਕਿ ਉਹਨਾਂ ਦੀਆਂ ਖੁਸ਼ੀਆਂ ਲਓ, ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ। ਗੁਰੂ ਘਰ ਦੀ ਇਮਾਰਤ ਬਹੁਤ ਵੱਡੀ ਆ, ਚੱਲਦੇ ਚੱਲੀਏ। ਅਤੇ ਜਿਹੜਾ ਸਾਡਾ ਦੁੱਖ ਆ ਪਰਮਾਨੈਂਟ ਸਾਰੇ ਥਾਵਾਂ ਦਾ, ਉਹ ਹੀ ਇੱਥੇ ਆ ਜੀ। ਗੁਰੂ ਪਿਆਰੇ, ਤੁਹਾਡੇ ਨਾਲ ਬਹੁਤ ਵੀਡੀਓਜ਼ ਦੀ ਅੱਜ ਤੱਕ ਸਾਂਝ ਪੈ ਚੁੱਕੀ ਆ, ਪਰ ਕੋਸ਼ਿਸ਼ ਕਰੀ ਦੀ ਜਿਸ ਸਥਾਨ 'ਤੇ ਵੀ ਜਾਈਏ ਜਿਹੜਾ ਨੈਗੇਟਿਵ ਪੱਖ ਦੇਖੀਏ ਉਹਦੀ ਗੱਲ ਨਹੀਂ ਕਰਨੀ। ਪਰ ਅੱਜ ਸਵੇਰੇ ਸ਼੍ਰੀਨਗਰ ਗਏ ਸੀ, ਉੱਥੇ ਵੀ ਬਹੁਤ ਦੁੱਖ ਲੱਗਾ ਅਤੇ ਕਰਨੀ ਪਈ ਮਜਬੂਰੀ 'ਚ, ਅੱਜ ਵੀ ਹੁਣ ਕਰਨੋਂ ਨਹੀਂ ਰਹਿਣਾ। ਗੁਰੂ ਸਾਹਿਬ ਕਿਰਪਾ ਕਰਨ। ਹੁਣ ਹੋਇਆ ਕੀ ਆ, ਇੱਥੇ ਗੁਰੂ ਸਾਹਿਬ ਨੇ ਆਹ ਖੂਹ ਲਵਾਇਆ ਜੀ, ਤੁਸੀਂ ਦਰਸ਼ਨ ਕਰ ਰਹੇ ਸਾਹਮਣੇ ਖੂਹ, ਇਸ ਵੇਲੇ ਕਵਰਡ ਆ, ਵਿੱਚੋਂ ਨਲਕਾ ਲੱਗਾ, ਜਲ ਪਿੱਛੇ ਸੰਗਤ ਸਕ ਸਕਦੀ ਹੈ। ਬਹੁਤ ਨਿਰਮਲ ਮਿੱਠਾ ਜਲ ਹੈ ਇੱਥੇ। ਪਰ ਸਭ ਤੋਂ ਵੱਡੀ ਗੱਲ ਆ ਜੀ, ਦੇਖੋ ਛੇਵੇਂ ਪਾਤਸ਼ਾਹ ਆਉਂਦੇ ਆ ਪਹਾੜਾਂ ਦੇ ਵਿੱਚ ਕਿੰਨੀ ਦੂਰ, ਇੱਥੇ ਆਣ ਕੇ ਆਪਣੀ ਇੱਕ ਨਿਸ਼ਾਨੀ ਛੱਡ ਕੇ ਜਾਂਦੇ ਆ, ਕਚਨਾਰ ਦਾ ਰੁੱਖ। ਉਹ ਰੁੱਖ ਆਪਣੇ ਹੱਥੀਂ ਲਾ ਕੇ ਜਾਂਦੇ ਆ ਗੁਰੂ ਸਾਹਿਬ ਜੀ। ਔਰ ਅਸੀਂ ਗੁਰੂ ਸਾਹਿਬ ਤੋਂ ਵੱਧ ਸਿਆਣੇ ਹੋ ਗਏ, ਸਾਡੀ ਮੱਤ ਇੰਨੀ ਫਿਰ ਗਈ ਕਿ ਅਸੀਂ ਉਹ ਕਚਨਾਰ ਦਾ ਰੁੱਖ ਆਪਣੇ ਹੱਥੀਂ ਵੱਢ ਦਿੱਤਾ, ਜਿਹੜਾ ਪਿਛਲੇ 300 ਸਾਲਾਂ ਤੋਂ 400 ਸਾਲਾਂ ਤੋਂ ਕਿਸੇ ਨੇ ਨਹੀਂ ਵੱਢਿਆ, ਉਹਨੂੰ ਅਸੀਂ ਕਾਰ ਸੇਵਾ ਦੇ ਨਾਂ 'ਤੇ ਮਾਰ ਸੇਵਾ ਕਰਕੇ ਵੱਢ ਦਿੱਤਾ, ਵੱਢ ਕੇ ਪੱਥਰ ਲਾ ਕੇ ਉੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੇ ਹੀ ਮੂਵ ਕੀਤੀ ਕੋਈ 4 ਫੁੱਟ 10 ਫੁੱਟ, ਉਹਨੂੰ ਅਸੀਂ ਗੁਰੂ ਦੀ ਨਿਸ਼ਾਨੀ ਖਤਮ ਕਰ ਦਿੱਤੀ। ਹੁਣ ਉਹ ਸਾਹਮਣੇ ਪਿਆ ਹੋਇਆ ਵਾ, ਉੱਤੇ ਲਿਖਿਆ, ਤੁਹਾਨੂੰ ਦਰਸ਼ਨ ਕਰਾ ਦਿੰਦੇ ਹਾਂ, ਬੂਟੇ ਦੇ ਲਿਖਿਆ ਹੋਇਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੀਂ ਲਗਾਈ ਕਚਨਾਰ ਚਨਾਰ ਦੀ ਟਾਹਣੀ। ਹੁਣ ਜਿਹਨੂੰ ਟਾਹਣੀ ਲਿਖਿਆ ਹੋਇਆ ਨਾ ਵਾਹਿਗੁਰੂ, ਇਹ ਮਿਣੀ ਹੈ ਨਾ 2 ਫੁੱਟ ਇੱਧਰ ਨੂੰ ਅਤੇ 2 ਫੁੱਟ ਉੱਧਰ ਨੂੰ, ਉਹਦਾ ਐਂ ਸਰਕਲ ਆ। ਸੋ ਟਾਹਣੀ ਨਹੀਂ, ਇਹ ਦਰਖਤ ਆ ਜਿਹਦੇ ਸਰਕਲ ਘੁੰਮ ਕੇ ਦੇਖੀਏ, ਅਸੀਂ ਪਿੱਛੋਂ ਵੀ ਦਰਸ਼ਨ ਕਰਕੇ ਆਏ ਹਾਂ। ਦੁੱਖ ਦੀ ਗੱਲ ਇਹ ਆ ਕਿ ਗੁਰੂ ਪਿਆਰਿਓ, ਇਹ ਜਿਹੜੀ ਮਾਇਆ ਜਿਹੜੇ ਆਰੇ ਦੇ ਨਾਲ ਵੱਢਿਆ ਗਿਆ ਨਾ, ਇਹ ਉਹ ਮਾਇਆ ਤੁਹਾਡੀ ਅਤੇ ਮੇਰੀ ਜੇਬ 'ਚੋਂ ਆਈ ਸੀ, ਆਪਣੇ ਘਰਾਂ 'ਚੋਂ ਤਾਂ ਨਹੀਂ ਲਿਆ ਕੇ ਇਹਨਾਂ ਨੇ ਲਾਈ।
ਪੁੱਛਿਆ ਕਰੋ ਇਹਨਾਂ ਨੂੰ ਜਦੋਂ ਤੁਹਾਡੇ ਕੋਲ ਸੇਵਾ ਲੈਣ ਆਉਂਦੇ ਆ ਕਿ ਗੁਰੂ ਘਰ ਦੀਆਂ ਨਿਸ਼ਾਨੀਆਂ ਖਤਮ ਕਰ ਕਰਕੇ ਸਾਨੂੰ ਦੇ ਕੀ ਰਹੇ ਜੇ। ਮਾਰਬਲ ਤਾਂ ਤੁਹਾਡੇ ਘਰਾਂ 'ਚ ਵੀ ਲੱਗਾ, ਸਾਡੇ ਘਰਾਂ 'ਚ ਵੀ ਲੱਗਾ ਵਾ। ਜੇ ਮਾਰਬਲ ਹੀ ਗੁਰਦੁਆਰਾ ਸਾਹਿਬ, ਗੁਰੂ ਹੈਗਾ ਸ਼ਬਦ, 10 ਪਾਤਸ਼ਾਹੀ ਤੋਂ ਬਾਅਦ 'ਚ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹ ਅਸੀਂ ਸਿੱਖ ਛੱਡ ਚੁੱਕੇ ਹਾਂ। ਅਸੀਂ ਅਖੰਡ ਪਾਠ ਸਾਹਿਬ ਕਿਰਾਏ 'ਤੇ ਕਰਾਈ ਜਾ ਰਹੇ ਹਾਂ, ਮਹੀਨਿਆਂ ਬੱਧੀ ਲਾਈਨਾਂ ਲੱਗੀਆਂ ਹੋਈਆਂ ਵਾ। ਸਾਨੂੰ ਸਮਝ ਹੀ ਨਹੀਂ ਹੈਗੀ ਕਿ ਜਿਹੜਾ ਪ੍ਰਸ਼ਾਦਾ ਅਸੀਂ ਹੱਥੀਂ ਨਾ ਛਕਾਂਗੇ ਉਹਦਾ ਅਸਰ ਸਾਡੇ 'ਤੇ ਕਿੱਦਾਂ ਹੋ ਜਾਏਗਾ। ਅਤੇ ਸਭ ਤੋਂ ਵੱਡੀ ਗੱਲ, ਦੁੱਖ ਦੀ ਗੱਲ, ਆਹ ਜਿਹੜਾ ਦਰਖਤ ਜਿਸ ਨੂੰ ਦੇਖ ਕੇ ਸਾਡਾ ਇੱਥੇ ਚਿਹਰਾ ਖਿੜਨਾ ਸੀ, ਆ ਜਾਣ ਕੇ ਕਿ 6ਵੇਂ ਪਾਤਸ਼ਾਹ ਦੀ ਨਿਸ਼ਾਨੀ ਆ, ਉਸ ਨੂੰ ਇਹਨਾਂ ਨੇ ਵੱਢਿਆ। ਇਹ ਵੀ ਸੇਵਾ ਉਹੋ ਹੀ ਜਿਨ੍ਹਾਂ ਨੂੰ ਸਾਡੇ ਵਿਕਾਊ ਜਥੇਦਾਰਾਂ ਨੇ ਪੰਥ ਰਤਨ ਦਾ ਅਵਾਰਡ ਦਿੱਤਾ, ਹਰਬੰਸ ਸਿੰਘ ਦਿੱਲੀ ਵਾਲਾ। ਉਹਦੇ ਹੀ ਅੱਗੇ ਵਾਰਸ ਆਏ ਆ ਜੇ ਬਾਬਾ ਬਚਨ ਸਿੰਘ, ਅੱਗੇ ਪੰਥ ਰਤਨ ਇਹ ਬਣਨੇ ਹੁਣ। ਜਿੰਨੀਆਂ ਇਹ ਨਿਸ਼ਾਨੀਆਂ ਵੱਧ ਖਤਮ ਕਰਨਗੀਆਂ, ਓਨੇ ਹੀ ਇਹ ਵੱਧ ਪੰਥ ਰਤਨ ਬਣਨਗੇ। ਜਿੰਨਾ ਅਸੀਂ ਪੰਥਰਾਂ ਗਦਾਰੀਆਂ ਵੱਧ ਕਰਾਂਗੇ, ਓਨੇ ਸਾਨੂੰ ਜਥੇਦਾਰੀਆਂ ਮਿਲਣਗੀਆਂ। ਪਰ ਸਿੱਖੋ, ਸਾਨੂੰ ਕਦੀ ਤਾਂ ਜਾਗਣਾ ਹੀ ਪਏਗਾ। ਜਾਂ ਤਾਂ ਆਪਾਂ ਸਿੱਖੀ ਛੱਡ ਕੇ ਹੋਰ ਕਿਸੇ ਪਾਸੇ ਜਾਵਾਂਗੇ, ਜਾਂ ਸਾਨੂੰ ਜਾਗਣਾ ਪਏਗਾ। ਇਹ ਤੁਹਾਡੇ ਅਤੇ ਮੇਰੇ ਵਿਚਾਰਨ ਦੀ ਗੱਲ ਆ। ਮਾਫ਼ ਕਰਨਾ, ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਨੈਗੇਟਿਵ ਪੱਖ ਦੀ ਗੱਲ ਨਾ ਕੀਤੀ ਜਾਵੇ, ਪਰ ਅੱਜ ਨਹੀਂ ਰਿਹਾ ਹੋਇਆ, ਕਿਉਂਕਿ ਸਾਡੇ ਅੰਦਰ ਦੁੱਖ ਅੱਗੇ ਵੀ ਆਉਂਦਾ ਜਦੋਂ ਦੂਜੇ ਸਥਾਨਾਂ 'ਤੇ ਜਾਂਦੇ ਹਾਂ, ਪਰ ਸ਼ੇਅਰ ਨਹੀਂ ਕਰੀਦਾ। ਸ਼ੇਅਰ ਕਰੀਦਾ ਗੁਰੂ ਸਾਹਿਬ ਦਾ ਇਤਿਹਾਸ, ਇਤਿਹਾਸ ਗੁਰੂ ਸਾਹਿਬ ਦਾ ਤੁਹਾਡੇ ਨਾਲ ਸਾਂਝ ਪਾਈ ਹੈ। ਇਹ ਗੁਰੂ ਘਰ ਆ, ਜਿੱਥੇ ਜੀ ਸਦਕੇ ਗੁਰੂ ਘਰ ਬਹੁਤ ਸੋਹਣੇ ਸੋਹਣੇ ਨੇ, ਬਣਨੇ ਚਾਹੀਦੇ ਆ। ਪਰ ਦੁੱਖ ਦੀ ਗੱਲ ਆ ਕਿ ਇੱਥੇ ਇੰਨਾ ਥਾਂ ਸੀਗਾ, ਇੱਕ ਕਚਨਾਰ ਦਾ ਰੁੱਖ ਬਚਾ ਕੇ ਗੁਰੂ ਘਰ ਜਿੱਧਰ ਮਰਜ਼ੀ ਬਣ ਸਕਦਾ ਸੀ। ਥੋੜ੍ਹੇ ਦਿਨ ਪਹਿਲਾਂ ਦਾਸ ਭਾਈ ਤਾਰੂ ਸਿੰਘ ਜੀ ਦੇ ਪਿੰਡ ਪੂਲਾ ਗਿਆ ਸੀਗਾ, ਗੋਰਖਬਾਲ ਸਿੰਘ ਰਾਗੀ, ਉਹਨੇ ਉੱਥੇ ਸੇਵਾ ਕਰਾਈ। ਗੁਰਦੁਆਰਾ ਸਾਹਿਬ ਦਾ ਅਖੀਰਲੇ ਨੁੱਕਰ ਦਾ ਇੱਕ ਥੰਮ ਕੱਢਣ ਬਦਲੇ ਉਹਨੇ ਗੁਰੂ ਭਾਈ ਤਾਰੂ ਸਿੰਘ ਜੀ ਦੇ ਘਰ ਦੇ ਵਿੱਚ ਇੱਕੋ ਹੀ ਇੱਕ ਭਾਈ ਤਾਰੂ ਸਿੰਘ ਜੀ ਦੀ ਨਿਸ਼ਾਨੀ, ਉਹ ਖੂਹ ਪੂਰ ਕੇ ਉੱਥੇ ਥੰਮ ਕੱਢਿਆ। ਮੇਰੇ ਅੱਖਾਂ 'ਚ ਉੱਥੇ ਪਾਣੀ ਆ ਗਿਆ ਸੀ, ਉਹ ਵੀਡੀਓ ਤੁਹਾਡੇ ਨਾਲ ਕਦੀ ਵੀ ਸ਼ੇਅਰ ਨਹੀਂ ਕੀਤੀ। ਇੰਨਾ ਦੁੱਖ ਲੱਗਾ ਉੱਥੇ ਜਾ ਕੇ ਕਿ ਭਾਈ ਤਾਰੂ ਸਿੰਘ ਜੀ ਦੇ ਘਰ ਦਾ ਖੂਹ ਹੀ ਉਹਨਾਂ ਦੀ ਨਿਸ਼ਾਨੀ, ਉਹਨੂੰ ਪੂਰ ਕੇ ਅਤੇ ਗੁਰਦੁਆਰਾ ਸਾਹਿਬ ਦੀ ਬਾਹਰ, ਗੁਰਦੁਆਰਾ ਸਾਹਿਬ ਦੀ ਥੰਮ ਨਹੀਂ ਹੈਗਾ, ਉਹ ਬਾਹਰਲਾ ਜਿਹੜਾ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਰਾਂਡਾ ਉਹਦਾ, ਉਹਦੀ ਕੋਰਨਰ ਦੀ ਥੰਮ, ਅਤੇ ਗੁਰਦੁਆਰਾ ਸਾਹਿਬ ਨਹੀਂ 5 ਫਿੱਟ ਇੱਧਰ ਨੂੰ ਮੂਵ ਕੀਤਾ, ਅਤੇ ਭਾਈ ਤਾਰੂ ਸਿੰਘ ਜੀ ਦੀ ਖੂਹ ਹੀ ਜਿਹੜੀ ਆ ਪੂਰ ਦਿੱਤੀ ਆ। ਕਿੱਥੇ ਕੁ ਜੀ ਖਲੋਵਾਂਗੇ ਅਸੀਂ? ਇਹ ਸਾਡੀਆਂ ਸਟੇਜਾਂ 'ਤੇ ਬਹਿ ਕੇ ਸਾਨੂੰ ਗੁਰਮਤਿ ਦੀਆਂ ਮੱਤਾਂ ਦੇਣ ਵਾਲੇ ਆ। ਹੋਈਆਂ ਭੁੱਲਾਂ ਦੀ ਮਾਫ਼ੀ, ਗੁਰੂ ਸਾਹਿਬ ਕਿਰਪਾ ਕਰਨ, ਕਹੇ ਇੱਕ ਵੀ ਸ਼ਬਦ ਦੇ ਉੱਤੇ ਕੋਈ ਸ਼ਰਮ ਨਹੀਂ ਹੈਗੀ। ਸੱਚ ਬੋਲਿਆ ਵਾ, ਕਿਸੇ ਨੂੰ ਕੌੜਾ ਲੱਗੇ ਲੱਖ ਵਾਰੀ ਲੱਗੇ, ਉਹ ਉਹਨਾਂ ਦੀ ਖੁਸ਼ੀ ਆ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਬਖਸ਼ਣ। ਸੁਣਨਾ, ਸ਼ੇਅਰ ਜ਼ਰੂਰ ਕਰਨਾ, ਵਿਚਾਰਨਾ, ਸਿੱਖੀ ਗੁਰਬਾਣੀ ਪੜ੍ਹ ਕੇ ਬਾਣਾ ਬਾਣੀ ਸੇਵਾ ਸਿਮਰਨ ਦੇ ਧਾਰਨੀ ਹੋ ਕੇ ਕਮਾਈ ਜਾ ਸਕਦੀ ਆ। ਗੱਲਾਂ ਨਾਲ ਨਹੀਂ, ਇੱਕ ਫਿਰੈ ਘਨੇਰੇ ਕਰੈਂ ਗੱਲਾਂ, ਗੱਲੀ ਕਿਨੈ ਨਾ ਪਾਇਆ ਗੱਲੀ ਯੋਗ ਨਾ ਹੋਈ। ਗੱਲਾਂ ਦੇ ਨਾਲ ਨਹੀਂ ਗੱਲ ਬਣਨੀ, ਸਾਨੂੰ ਕਰਨਾ ਪੈਣਾ ਕੁਛ ਨਾ ਕੁਛ। ਆਓ, ਜਿੱਥੇ ਸਾਡੀਆਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਅਸੀਂ ਆਪਣੇ ਆਪਣੇ ਜ਼ਰੂਰ ਨਿਭਾਈਏ। ਗੁਰੂ ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।